सत श्री अकाल, तुसीं सुन रहे हो न्यूजीलैंड का नंबर 1 पंजाबी रेडियो साडे ला रेडियो 87.8 FM। मैं हाँ मनदीप कौर संधु लेके हाजिर हाँ पंजाब दे नाल संबंधित कुछ खास खबरां। पंजाब कांग्रेस के प्रधान नवजोत सिंह सिद्धू ने खेतीबाड़ी कानूनों लिए सीधा अकाली दल नूं जिम्मेवार ठहराया। सिद्धू ने बुधवार को चंडीगढ़ दे विच प्रेस कॉन्फ्रेंस की। इस ही दौरान उन्होंने कहा कि अकाली दल उस समय NDA का हिस्सा से जो खेतीबाड़ी कानून बनाए गए सन। नवजोत सिंह सिद्धू ने केंद्र सरकार वालों फसलों की खरीद लिए फर्द नूं लाजमी बनाने के सवाल उठाए ने। उन्होंने दोष लाया कि केंद्र सरकार अजिहे नियम बना के एक देश दो बाजार व्यवस्था लागू कर रही है। सिद्धू ने कहा कि मैं पूरे जोर दे नाल कहिंदा हां कि बादल ने 3 खेती सुधार काले कानून की नींह रखी है। ਉਹ ਇਸ ਨੀਤੀ ਦੇ ਨਿਰਮਾਤਾ ਨੇ, ਇਹ ਕਿਸਾਨਾਂ ਦੇ ਕਸੂਰਵਾਰ ਨੇ। ਸਿੱਧੂ ਨੇ ਕਿਹਾ ਕਿ ਪਰਦੇ ਦੇ ਪਿੱਛੇ ਸਾਰੀ ਖੇਡ ਬਾਦਲਾਂ ਦੇ ਵੱਲੋਂ ਖੇਡੀ ਗਈ ਸੀ, ਇਹ ਉਹਨਾਂ ਦਾ ਵਿਚਾਰ ਸੀ। ਇਸ ਦੇ ਨਾਲ ਉਹਨਾਂ ਇਹ ਵੀ ਗੱਲ ਆਖੀ ਹੈ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕੰਟਰੈਕਟ ਬਿੱਲ 2013 ਪੇਸ਼ ਕੀਤਾ ਸੀ। ਇਹ ਕਾਨੂੰਨ 3 ਖੇਤੀਬਾੜੀ ਕਾਨੂੰਨਾਂ ਵਿੱਚੋਂ ਇੱਕ ਹੈ। ਇਸ ਵਿੱਚ ਕਿਸੇ MSP ਬਾਰੇ ਗੱਲ ਨਹੀਂ ਕੀਤੀ ਗਈ ਸੀ। 108 ਫਸਲਾਂ ਦਾ ਇੱਕ ਅਨੁਸੂਚੀ ਰੱਖਿਆ ਗਿਆ ਸੀ ਜੋ ਕਿ ਐਕਟ ਨਾਲ ਜੁੜਿਆ ਹੋਇਆ ਸੀ। 2 MSP ਫਸਲਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਤਾਂ ਜੋ ਫਸਲਾਂ ਨੂੰ MSP ਤੋਂ ਘੱਟ 'ਤੇ ਖਰੀਦਿਆ ਜਾ ਸਕੇ। ਉਹਨਾਂ ਕਿਹਾ ਕਿ ਅਕਾਲੀਆਂ ਨੇ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਨੂੰਨ ਦੇ ਅਨੁਸਾਰ ਸੇਲ ਸਿੱਧੇ ਕਿਸਾਨਾਂ ਦੇ ਖੇਤ ਤੋਂ ਖਰੀਦੀ ਜਾਵੇਗੀ। ਇਸੇ ਕਰਕੇ ਅਕਾਲੀ 3 ਖੇਤੀ ਕਾਨੂੰਨਾਂ ਦੇ ਸੁਰ ਲਗਾਉਂਦੇ ਸੀ। ਅਫਸਰਾਂ ਨੂੰ ਸੈਕਸ਼ਨ 32 ਵਿੱਚ ਛੱਤਰਛਾਇਆ ਦਿੱਤੀ ਗਈ ਸੀ। ਉਹਨਾਂ ਵੱਲੋਂ ਬਣਾਏ ਗਏ ਕਾਨੂੰਨ ਵਿੱਚ 5,000 ਤੋਂ 5,00,000 ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਪ੍ਰਾਈਸ ਐਸ਼ੋਰੈਂਸ ਸਿਰਫ ਕਾਰਪੋਰੇਟ ਘਰਾਣਿਆਂ ਦੇ ਲਈ ਹੈ। ਉਹਨਾਂ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਵੀ ਨਹੀਂ ਦਿੰਦੇ ਅਤੇ ਅਡਾਨੀਆਂ ਅਬਾਨੀਆਂ ਨੂੰ 100% ਸਪੋਰਟ ਪ੍ਰਾਈਸ ਦਿੰਦੇ ਨੇ। ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਦੇ ਹੇਠ ਗ੍ਰਹਿ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਗ੍ਰਹਿ ਸਕੱਤਰ ਰਾਜੀਵ ਅਰੋੜਾ ਦੀ ਪ੍ਰਧਾਨਗੀ 'ਚ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਇਹ ਕਮੇਟੀ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਗੱਲਬਾਤ ਕਰੇਗੀ। DGP ਗ੍ਰਹਿ ਸਕੱਤਰ ਸਮੇਤ ਕਈ ਸੀਨੀਅਰ ਅਧਿਕਾਰੀ ਕਮੇਟੀ ਵਿੱਚ ਮੌਜੂਦ ਰਹਿਣਗੇ। ਹਾਈ ਪਾਵਰ ਕਮੇਟੀ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰੇਗੀ। ਉਸ ਤੋਂ ਬਾਅਦ ਰਸਤਾ ਖੁੱਲ੍ਹਣ ਬਾਰੇ ਫੈਸਲਾ ਲਿਆ ਜਾਵੇਗਾ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਸਾਨਾਂ ਦੇ ਅੰਦੋਲਨ ਦੇ ਸੰਬੰਧ ਵਿੱਚ ਕਿਹਾ ਸੀ ਕਿ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਦੀ ਪ੍ਰਧਾਨਗੀ 'ਚ ਇੱਕ ਰਾਜ ਪੱਧਰੀ ਉੱਚ ਸ਼ਕਤੀ ਕਮੇਟੀ ਦਾ ਗਠਨ ਕੀਤਾ ਗਿਆ। ਉਹਨਾਂ ਕਿਹਾ ਕਿ DGP ADGP ਅਤੇ ਕਈ ਹੋਰ ਅਧਿਕਾਰੀ ਵੀ ਇਸ ਕਮੇਟੀ 'ਚ ਸ਼ਾਮਲ ਹੋਣਗੇ। ਵਿਜ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਦੇ ਹੇਠ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਕਮੇਟੀ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਦਿੱਲੀ ਆਉਣ ਅਤੇ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਸੰਯੁਕਤ ਕਿਸਾਨ ਮੋਰਚੇ ਨਾਲ ਸੰਵਾਦ ਮੀਟਿੰਗ 'ਚ ਹਿੱਸਾ ਲਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿੱਚ ਹਾਈ ਅਲਰਟ ਦੇ ਆਦੇਸ਼ ਤੋਂ ਬਾਅਦ ਪਿਛਲੇ ਮਹੀਨੇ IED ਟਿਫਨ ਬੰਬ ਨਾਲ ਤੇਲ ਦੇ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ISI ਸਮਰੱਥ ਅੱਤਵਾਦੀ ਮੋਡਿਊਲ ਦੇ 4 ਹੋਰ ਮੈਂਬਰਾਂ ਦੀ ਗ੍ਰਿਫਤਾਰੀ ਕੀਤੀ ਹੈ। ਪਿਛਲੇ 40 ਦਿਨਾਂ ਦੇ ਵਿੱਚ ਰਾਜ 'ਚ ਇੱਕ ਪਾਕਿਸਤਾਨੀ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਹੋਣ ਦਾ 4th ਮਾਮਲਾ ਸਾਹਮਣੇ ਆਇਆ ਹੈ। DGP ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ 'ਚ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਸਮੇਤ 2 ਪਾਕਿਸਤਾਨ ਆਧਾਰਿਤ ਅੱਤਵਾਦੀਆਂ ਦੀ ਪਹਿਚਾਣ ਅਤੇ ਨਾਮਜ਼ਦਗੀ ਕੀਤੀ ਗਈ ਹੈ। ਇਹਨਾਂ 'ਚੋਂ ਇੱਕ ਵਿਅਕਤੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਅੱਤਵਾਦੀ ਸਮੂਹਾਂ ਦੇ ਵੱਲੋਂ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਲਈ ਵਧੀਆ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਹਾਈ ਅਲਰਟ ਰਹਿਣ ਦੇ ਆਦੇਸ਼ ਦਿੱਤੇ ਨੇ। ਖਾਸ ਕਰਕੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਦੇ ਦੁਬਾਰਾ ਖੁੱਲ੍ਹਣ ਦੇ ਨਾਲ ਨਾਲ ਤਿਉਹਾਰਾਂ ਦੇ ਮੌਸਮ ਅਤੇ ਵਿਧਾਨ ਸਭਾ ਚੋਣਾਂ ਵੀ ਅੱਗੇ ਨੇ। ਮੁੱਖ ਮੰਤਰੀ ਨੇ DGP ਨੂੰ ਉੱਚ ਪੱਧਰੀ ਸੁਰੱਖਿਆ ਨੂੰ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ। ਖਾਸ ਕਰ ਰੁਝੇਵੇਂ ਵਾਲੀਆਂ ਥਾਵਾਂ ਜਿਵੇਂ ਕਿ ਬਾਜ਼ਾਰਾਂ ਦੇ ਨਾਲ ਨਾਲ ਰਾਜ ਭਰ ਦੇ ਵਿੱਚ ਸੰਵੇਦਨਸ਼ੀਲ ਸੰਸਥਾਪਨਾਵਾਂ ਨੇ। ਪੁਲਿਸ ਦੇ ਅਨੁਸਾਰ ਪਾਕਿਸਤਾਨ 'ਚ ਬੈਠੀ ਪਾਬੰਦੀ ਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਇਸ ਅੱਤਵਾਦੀ ਮੋਡਿਊਲ ਦੇ ਪਿੱਛੇ ਕਾਸਿਮ ਦਾ ਹੱਥ ਹੈ। ਕਾਸਿਮ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਹੈ ਜਦਕਿ ਲਖਬੀਰ ਸਿੰਘ ਰੋਡੇ ਉਰਫ ਬਾਬਾ ਮੋਗਾ ਜ਼ਿਲ੍ਹਾ ਦੇ ਪਿੰਡ ਰੋਡੇ ਦਾ ਵਸਨੀਕ ਹੈ। ਹਾਲ ਹੀ ਦੇ ਵਿੱਚ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗੁਰਮਤ ਸਿੰਘ ਰੋਡੇ ਉਸ ਦਾ ਭਤੀਜਾ ਹੈ। ਲਖਬੀਰ ਸਿੰਘ ਰੋਡੇ ਦੇ ਭਰਾ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਵੀ ਨੇ।
दिल्ली दीआं सरहदां ते किसानां दी भीड़ फिर तो वधनी शुरू हो गई है। अंदोलन नूं मजबूत करन दे लई किसानां दे वल्लों बॉर्डर ते प्रोग्राम करवाए जाणगे। तीन खेतीबाड़ी कानूनां नूं रद्द करन दे लई घट्टो घट्ट समर्थन मुल संबंधी नवें कानून लई अंदोलन कर रहे किसान हुण अंदोलन दे विच भीड़ वधाउण दे लई कबड्डी लीग करवाउण जा रहे ने। कबड्डी मैच 22 तों 23 सितंबर तक टिकरी बॉर्डर ते होणगे। कबड्डी लीग दा उद्घाटन 22 सितंबर नूं बहादुरगढ़ दे डॉक्टर भीम राव अंबेदकर स्टेडियम च होवेगा। इस मुकाबले च देश दा नाम रोशन करने वाले कबड्डी खिडारी शामिल होके किसान अंदोलन नूं अपना समर्थन देणगे। इस कबड्डी लीग नूं सफल बनाने लई किसान आगुआं ते खाप पंचायतां ने प्रचार करना शुरू कर दिता है। किसान आगू प्रगट सिंह ने कहा कि 22 ते 23 सितंबर नूं इह लीग दिल्ली मोर्चा वल्लों बहादुरगढ़ विच करवाई जाएगी ते 24 तों 26 सितंबर तक इह लीग सिंघू सरहद ते चलेगी। इस तरह हुण तक दीआं खबरां नवीआं ते ताज़ा खबरां की जानकारी दे लई सुणदे रहो न्यूजीलैंड का नंबर 1 पंजाबी रेडियो साडे वाला रेडियो 87.8 FM। सत श्री अकाल। मैं क्या सुनियो, चलो आज बाहर का खाना खवा लिया ये तानू। छड़ो जी रहन दियो तुसी, न्यूजीलैंड दे खाने विच पंजाब वाला स्वाद कित्थों लभना है। ओ तू फिकर ना कर गुरनाम करे, इत्थे न्यूजीलैंड च ही मिलेगा स्वाद पंजाब वाला रेस्टोरेंट ते, जिथे लगदा न्यूजीलैंड्स बिगेस्ट इंडियन बुफे विद 8200 आइटम्स, कमाल दीयां डिशेस, ओ भी रीजनेबल प्राइस च। पैकिंग कराओ ते भावे बह के खाओ। प्राइवेट पार्टी दे लई हॉल भी है, 40 to 50 गेस्ट दे लई। सिर्फ इन्ना ही नहीं, 200 तक दी कैपेसिटी वाला हॉल भी है। Friendly and experienced staff. So, तुसी भी पंजाब वाला स्वाद लेने लई अज ही आओ पंजाब वाला रेस्टोरेंट। Call 034-201-130.